ਭਾਜਪਾ ਚੋਣ ਕਮੇਟੀ ਦੀ ਅੱਜ ਬੈਠਕ ਸ਼ਾਮ ਨੂੰ ਹੋਏਗੀ। ਇਹ ਭਾਜਪਾ ਦੀ ਤੀਜੀ ਬੈਠਕ ਹੋਏਗੀ। ਇਸ ਬੈਠਕ ਵਿੱਚ ਭਾਜਪਾ ਉਮੀਦਵਾਰਾਂ ਤੇ ਨਾਵਾਂ ਨੂੰ ਲੈ ਕੇ ਮੰਥਨ ਹੋਏਗਾ। ਇਸ ਤੋਂ ਪਹਿਲਾਂ ਮੰਗਲਵਾਰ ਨੂੰ CEC ਦੀ ਬੈਠਕ ਹੋਈ ਸੀ। ਹਾਲਾਂਕਿ ਉਮੀਦਵਾਰਾਂ ਦਾ ਨਾਵਾਂ ਤੇ ਕੋਈ ਫੈਸਲਾ ਨਹੀਂ ਹੋ ਸਕਿਆ। ਅੱਜ ਹੋਣ ਵਾਲੀ ਇਸ ਬੈਠਕ ਵਿੱਚ ਲੋਕ ਸਭਾ ਚੋਣ ਲਈ ਉਮੀਦਵਾਰਾਂ ਦੇ ਨਾਮ ਦਰਜ ਹੋਣ ਦੀ ਉਮੀਦ ਹੈ। ਉਧਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਤੋਂ ਆਪਣਾ ਨਾਰਥ ਈਸਟ ਦੌਰੇ ਦੀ ਸ਼ੁਰੂਆਤ ਕਰਨ ਜਾ ਰਹੇ ਨੇ। ਇਸ ਦੌਰਾਨ ਉਹ ਤ੍ਰਿਪੁਰਾ ਤੇ ਮਣੀਪੁਰ ਵਿੱਚ ਜਾਣਗੇ। ਉੱਥੇ ਸੂਬੇ ਦੇ ਵਿਦਿਆਰਥੀਆਂ ਨਾਲ ਸੰਵਿਧਾਨ ਬਚਾਓ ਸੰਕਲਪ ਤੇ ਚਰਚਾ ਕਰਨਗੇ। ਇਸ ਤੋਂ ਇਲਾਵਾ ਉਹ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ। ਸਬਸਕ੍ਰਾਈਬ ਕਰੇ ਚੜ੍ਹਦੀ ਕਲਾ ਟਾਈਮ TV ਕੋ ਔਰ ਲੇਟੈਸਟ ਅਪਡੇਟ ਪਾਣੇ ਕੇ ਲੀਏ ਪ੍ਰੈਸ ਕਰੇ ਬੈਲ ਆਇਕਨ ਕੋ।